Tony! الحمد لمن قدر الخلق وخلق الخلق وملك الملك والملك والملكوت والحمد لمن له الأمر والقدر والخبر والقدر والجبر والجبروت والحمد لمن له الحمد والمدح والمجد والذكر والشكر والثناء بالحق. شهادة الله نحمد الله
قسم محمد وقسم محمد عظم محمد وبزم اصل وصل فضل نسل عدل جدل بدل محمد اللهم صل على سفر محمد وقصر محمد اللهم صل على عين زين قرب بود بين محمد اللهم صل على محمد وعلى آل محمد وبارك وسلم ثم صل عليه أما بعد فأعوذ بالله من الشيطان الرجيم بسم الله الرحمن الرحيم الله الذي خلق سبع سماوات ومن الأرض مثلهم ويتنزل الأمر بينهن لتعلموا أن الله على كل شيء قدير وأن الله أحاط بكل شيء علما. نال فضل و عنایت نال ہو کے تہاڈی کچھ نہ کچھ خدمت کرن دا اے موقع اللہ نے نصیب فرمایا ہے. اصل بیان اور تقریر تو الحمدللہ میرے پیش رو اور میری جماعت دے جید عالم دین شیخ الحدیث مولانا محمد افضل شاکر صاحب حافظہ اللہ تعالی بیان فرما چکے. موسم بھی کچھ بہتر نہیں رہا, اس واسطے تھانوں مزید لمبے چوڑے وقت واسطے بچھاونا یا پریشان کرنا مناسب نہیں. مختصر لمحات اور مختصر الفاظ تواڈی اور میرے بزرگ محترم مولانا محمد رفیق احمد صاحب حافظہ اللہ دی اجازت نال تواڈی خدمت دے اندر پیش کرنے دا ارادہ ہے. دعا فرماؤ اللہ ذو الجلال والاکرام صحیح بولنے دی تانوں جاگدیاں جاگدیاں سنن دی سمجھن دی عمل کرن دی اور ونجن لے اپنی اپنی جتیاں پاون دی توفیق عطا فرمائے. سارے جلسے اور ساریاں تقریراں دا خلاصہ اتھائی نہ کٹ کے گئے کرو, کچھ باقی رہن دیتا کرو. بھئی یا جلسہ مکدا ہے کہیں نہ کہیں دی نویں جتی غائب ہوندی. لوگ یہ سمجھتے ہیں بھئی اللہ دا گھر اچھی جگہ ہے, جلسے دا موقع ہے,
ਇਹੋ ਜਿਹੀ ਜਾਂ ਤੁਸੀਂ ਅਗਰ ਨਵੀਂ ਜੁੱਤੀ ਨਹੀਂ ਲੱਭਣੀ ਤਾਂ ਵੱਧ ਹੋਰ ਕਿੱਥੋਂ ਲੱਭਣੀ? ਲੋਕ ਕੋਸ਼ਿਸ਼ ਕਰ ਰਹੇ ਕਿ ਮਸੀਹ ਦੀ ਜਿਹੜੀ, ਇਸ ਵਾਸਤੇ ਮਸਜਿਦ ਵਿੱਚੋਂ ਸਵਾਬ ਸਮਝ ਕੇ ਚਾਹ ਦਿੰਦੇ। ਵੈਸੇ ਜੁੱਤੀ ਲਾਉਣ ਵੇਲੇ ਇਹ ਨੀਯਤ ਕਰ ਲਈ ਕਰੋ ਕਿ ਇਹ ਚੋਰ ਵਾਸਤੇ ਹਲਾਲ ਹੈ। ਉਹਦਾ ਨਤੀਜਾ ਇਹ ਨਿਕਲਦਾ ਕਿ ਉਹ ਜੁੱਤੀ ਚੋਰੀ ਨਹੀਂ ਹੁੰਦੀ, ਕਿਉਂਕਿ ਚੋਰ ਨੂੰ ਹਲਾਲ ਮਾਲ ਨਸੀਬ ਹੀ ਨਹੀਂ ਹੁੰਦਾ। ਇਹ ਤਜਰਬਾ ਕਰਕੇ ਵੇਖ ਲਓ ਵੀ ਜੁੱਤੀ ਲਾਉਣ ਵੇਲੇ ਉਸਤਾਦ ਅਦੀਬ ਜ਼ਮਾਨ ਸ਼ਾਹ ਸਾਹਿਬ ਬੁਖਾਰੀ ਰਹਿਮਤੁੱਲਾਹ ਤਾਲਾ ਅਲੈਹ ਫੌਤ ਹੋ ਗਏ, ਉਹ ਫਰਮਾਉਂਦੇ ਹੁੰਦੇ ਹਨ ਬਈ ਮੈਂ ਤਾਂ ਹਮੇਸ਼ਾ ਇਵੇਂ ਕਰਨਾ ਬਈ ਲਾਉਣ ਵੇਲੇ ਮੈਂ ਨਾ ਅੱਲਾਹ ਚੋਰ ਵਾਸਤੇ ਹਲਾਲ ਹੈ, ਉਹ ਚੋਰੀ ਨਹੀਂ ਹੁੰਦੀ। ਅੱਲਾਹ ਉੱਪਰ ਮੁਸਲਮਾਨਾਂ ਦੇ ਅੰਦਰ ਰਿਵਾਜ ਸਿਰਫ ਸੁਣਨ ਦਾ ਰਹਿ ਗਿਆ, ਅਮਲ ਕਰਨ ਦਾ ਨਹੀਂ ਰਹਿ ਗਿਆ। ਸੁਣ 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 ਕੇ ਚਿੱਟੀਆਂ ਦਾੜੀਆਂ ਹੋ ਗਈਆਂ ਤੇ ਕਿਨਾਂ ਦੀਆਂ ਦਾੜੀਆਂ ਲੈ ਆਈਆਂ, ਸੁਣਨ ਦਾ ਸ਼ੌਕ ਨਹੀਂ ਮੱਠਾ ਹੋਇਆ, ਲੇਕਿਨ ਅਮਲ ਵਾਲਾ ਕੰਮ ਸ਼ੁਰੂ ਨਹੀਂ ਹੋਇਆ। ਹਾਲਾਂਕਿ ਜ਼ਿੰਦਗੀ ਇਲਮ ਨਾਲ ਨਹੀਂ ਬਣਦੀ, ਇਲਮ ਦੇ ਉੱਤੇ ਅਮਲ ਕਰਨ ਨਾਲ ਬਣਦੀ। ਜਿਤਨੀ ਮਾਲੂਮਾਤ ਵਧਦੀਆਂ ਵੰਜਨ ਬੰਦੇ ਦੇ ਉੱਤੇ ਉਤਨਾ ਜ਼ਿਆਦਾ ਬੋਝ ਆਉਂਦਾ ਵੱਜਦਾ ਹੈ, ਕਿਉਂਕਿ ਕਿਆਮਤ ਵਾਲੇ ਦਿਨ ਇਹ ਨਹੀਂ ਪੁੱਛਿਆ ਵਜਣਾ ਕਿ ਇਲਮ ਕਿਤਨਾ ਹਾਸਿਲ ਕੀਤਾ, ਜਾਂ ਪੁੱਛਿਆ ਇਹ ਵਹਿਣਾ ਕਿ ਇਲਮ ਦੇ ਉੱਤੇ ਅਮਲ ਕਿਤਨਾ ਕੀਤਾ। ਜਾਂ ਤਾਂ ਤਕਰੀਰਾਂ ਸੁਣਨੀਆਂ ਛੋੜ ਦਿਓ, ਜੇ ਸੁਣਨ ਦਾ ਸ਼ੌਕ ਹੈ ਤਾਂ ਵੱਧ ਅਮਲ ਵੀ ਕੀਤਾ ਕਰੋ। ਅਮਲ ਤੋਂ ਬਗੈਰ ਖਾਲੀ ਸਵਾਦ ਲੈਣ ਵਾਸਤੇ ਸੁਣਨਾ, ਉਹਦਾ ਕੋਈ ਫਾਇਦਾ ਨਹੀਂ। ਵੈਸੇ ਵੀ ਵਹੀ ਦਾ ਇਲਮ ਹੀ ਈਮਾਨ ਦਾ ਹਿੱਸਾ ਹੁੰਦਾ ਹੈ। ਦੁਨੀਆਂ ਦੇ ਕਿਸੇ ਇਲਮ ਜਾਂ ਫਨ ਦਾ ਇਨਕਾਰ ਕਰੀਏ ਤਾਂ ਬੰਦਾ ਬੇਈਮਾਨ ਨਹੀਂ ਹੁੰਦਾ, ਅਤੇ ਜੇ ਵਹੀ ਵਾਲੇ ਇਲਮ ਦਾ ਇਨਕਾਰ ਕਰ ਦਈਏ ਤਾਂ ਫਿਰ ਈਮਾਨ ਵੀ ਝੱਟ ਹੋ ਜਾਂਦਾ ਹੈ। ਅੱਲਾਹ ਨੇ ਇਹ ਸੂਰਤ ਤਲਾਕ ਦੇ ਆਖਰੀ ਮਕਾਮ 'ਤੇ ਆਇਤ ਨੰਬਰ 12 ਹੈ ਫਰਮਾਇਆ ਕਿ ਅੱਲਾਹ ਉਹ ਹੈ ਜਿਸ ਨੇ 7 ਅਸਮਾਨ ਬਣਾਏ, ਵਮਿਨਲ ਅਰਜ਼ ਮਿਸਲਹੁਨਾ, ਔਰ ਜ਼ਮੀਨ ਵੀ ਉਹਨਾਂ ਦੀ ਤਰ੍ਹਾਂ। ਇਹ ਮਿਸਲੀਅਤ ਅਦਦ ਵਿੱਚ ਜਾਂ ਖਲਕ ਵਿੱਚ, ਵਜ਼ਰੀਨ ਦਾ ਅਦਨ ਕਿ ਇਹ ਮਿਸਲੀਅਤ ਅਦਦ ਵਿੱਚ, ਯਾਨੀ 7 ਅਸਮਾਨ ਅਤੇ 7 ਜ਼ਮੀਨਾਂ, ਲੇਕਿਨ ਅਕਸਰੀਅਤ ਅਦਦ ਵਿੱਚ ਮਿਸਲੀਅਤ ਨਹੀਂ ਤਸਲੀਮ ਕਰਦੀ ਖਲਕ ਵਿੱਚ, ਕਿ ਇਨਲ ਮਿਸਲੀਅਤ ਫਿਲ ਖਲਕ, ਕਿ ਜਿਵੇਂ ਆਸਮਾਨਾਂ ਦਾ ਖਾਲਿਕ ਅੱਲਾ ਹੈ, ਇਵੇਂ ਜ਼ਮੀਨ ਦਾ ਖਾਲਿਕ ਵੀ ਅੱਲਾ। ਫਿਰ ਫਰਮਾਇਆ ਯਤਨਜ਼ਲੁ ਅਲ-ਅਮਰੁ ਬੈਨਹੁੰਨਾ, ਇਹ ਜ਼ਮੀਨ ਓ ਆਸਮਾਨ ਦੇ ਦਰਮਿਆਨ ਅੱਲਾ ਦਾ ਅਮਰ ਨਾਜ਼ਿਲ ਹੁੰਦਾ ਰਹਿ ਵੈਂਦਾ ਹੈ। ਅਮਰ ਤਸ਼ਰੀ ਵੀ ਔਰ ਅਮਰ ਤਕਵੀਨੀ ਵੀ, ਹਰ ਕਿਸਮ ਦੇ ਉਮੂਰ ਇਹਦੇ ਦਰਮਿਆਨ ਨਾਜ਼ਿਲ ਹੁੰਦੇ ਰਹਿੰਦੇ। ਇਹ ਗੱਲ ਤੁਹਾਨੂੰ ਇਸ ਵਜ੍ਹਾ ਤੋਂ ਦੱਸੀਏ ਕਿ ਲਿਤਅਲਮੂ ਅੰਨੱਲਾਹ ਅਲਾ ਕੁੱਲਿ ਸ਼ੈਇਨ ਕਦੀਰ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕਾਇਨਾਤ ਦੇ ਜ਼ਰਰੇ ਜ਼ਰਰੇ 'ਤੇ ਕੁਦਰਤ ਰੱਖਣ ਵਾਲਾ ਅੱਲਾ ਹੈ। ਅਤੇ ਦੂਈ ਗੱਲ ਇਸ ਦਾ ਤੁਹਾਨੂੰ ਪਤਾ ਲੱਗ ਜਾਏ ਕਿ ਵਾ ਅੰਨੱਲਾਹ ਕਦ ਅਹਾਤਾ ਬੇ ਕੁੱਲਿ ਸ਼ੈਇਨ ਇਲਮਾ, ਅੱਲਾ ਨੇ ਹਰ ਸ਼ੈ ਦੇ ਇਲਮ ਦਾ ਇਹਾਤਾ ਕੀਤਾ ਹੋਇਆ। ਜਿੱਥੇ ਜਿੱਥੇ ਇਲਮ ਹੈ ਉੱਥੇ ਉੱਥੇ ਕਬਜ਼ਾ ਹੈ। ਵੱਲ ਜਦਾਂ ਕੋਈ ਸ਼ੈ ਇਲਮ ਕੋਲੋਂ ਬਾਹਰ ਨਹੀਂ, ਇਹਦਾ ਮਤਲਬ ਹੈ ਕੋਈ ਸ਼ੈ ਕਬਜ਼ੇ ਕੋਲੋਂ ਵੀ ਬਾਹਰ ਨਹੀਂ। ਮਕਸੂਦ ਦੱਸਣ ਦਾ ਇਹ
کہ کائنات ارضی ہوئے یا سماوی، پوری کائنات نو اگر محیط ہے تو اللہ دا علم ہے، باقی ساری کائنات اپنے سارے علوم اور خود سبحان اللہ مولانا عبدالحکیم صاحب بیٹھے، باقی ساری مخلوقات میں تو بیٹھا اوپا کھو پیا، تم تو بڑی بات اچھے بیٹھے، میں تو اوپا بول نہیں پہ سکتا، مولوی واسطے ذری تھوڑی جی اچیری بنائی کرو، میں ان ملوک دا کھو بیٹھا ٹھا بیٹھا نلے سانو کے پولیاں سیٹاں نہیں چنگیاں لگ دیاں، کو ذرا کراڑی جی کرسی ہوتی بندہ بالکل سٹرے سدھا ہو کے بائے، ان نہ بایا کرو مولوی کو ستھریاں گلا نہیں ہوتی، آدھی بنایا مولویا نو کولیاں سٹیجاں تے کولیاں سیجاں، ایڈی نرم مخلوق نہیں ہوتی ہے، ایڈی تو سمجھی ہوئی، اللہ اکبر، پوری مخلوقات اپنے علوم اللہ دے علم دے مقابلے چ اتنا ہی نہیں جتنا پانی دا قطرہ لے لے، سبحان اللہ دا علی ٹائم نہیں، سبحان اللہ اے ہو سی جلے سر لگ سی، اے قوم دی کیڑی کیڑی بیماری دا بندہ علاج کرے، سبحان اللہ سر دا نہیں، علم دین قرآن سنت سن کے سبحان اللہ، اللہ دا جنہاں نوں اساں جڑے اوت العلم من قبل ہی جنہاں سے پہلے ہی علم دیتا ہے، جس ویلے انہوں دے سامنے آیات پڑھی ونجن یخرون للذکان سجدن ویقولون سبحان ربنا، بہرحال کوئی آنکھیں نہ آنکھیں اللہ خدا دے فسبحان اللہ حین تمسون وحین تصبحون ولہ الحمد فی السماوات والارض وعشیا وحین تظہرون، تو فرمایا کہ علم الہی دا مقابلہ کوئی نہیں، کامل اکمل تے محیط علم ہے تو صرف اللہ ہے، جیندیاں دا علم ساریاں دا مل جائے اس دے علم دا مقابلہ نہیں کر سکتے، اتھے تا لوگ جیندیاں نو چھوڑ کے مویاں دا علم ہی خدا دے برابر کیتی کھلے، او دے علم دی ایک جزئیات کہ غائبانہ ما فوق الاسباب، آدھا تن اگر ہر گل ہر ویلے ہر کہندی ہر جا تو ہر بولی وچ سن دے تو صرف اللہ سن دے، کیونکہ سننا تے ویکھنا علم دے حصول دے اہم ذریعے ہیں، یا بندہ ویکھ کے علم حاصل کرتا ہے یا سن کے کرتا ہے، ویکھنا بھی محیط تے اکمل اس دا، سننا تے جاننا بھی کامل تے اکمل تے محیط اسے دا، وہ غائبانہ بھی ویدھا ہے غائبانہ بھی سندا ہے، ما فوق الاسباب ویدھا ہے ما فوق الاسباب سندا ہے، اس طرح دا علم کسے دے اندر نہیں پایا، اس طرح دی قدرت اختیار تصرفات جسے اور نو قتل حاصل نہیں، اللہ اکبر، کہ فرمایا اللہ لا الہ اللہ، یہ ہو گیا اللہ دا نام، اگو یا تعارف جناب حضرت جی کا تعارف کے جنے جی میرا نام فلانا ہے، میں فلانی جات رہن والا، میں اتنی جماعت پڑھے ہویا ہاں، میں اتنا بڑا خطیب ہاں، میں اتنے پیسے لے کے تبھی لکھدا ہاں،
ਮੈਂ ਫਲਾਣੀ ਜਹਾ ਦੇ ਉੱਤੇ ਖਿਤਾਬਤ ਕਰੇਂਦਾ ਹਾਂ, ਇਹ ਹਾਂ 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 ਦੇ ਅੰਦਰ ਉਹਦਾ ਤਾਰਫ ਲੰਬਾ ਹੋਇਆ ਵੈਂਦਾ। ਅੱਲਾ ਫਰਮਾਂਦਾ ਮੇਰਾ ਤਾਰਫ ਹਾਂ ਨਾਲ ਨਹੀਂ ਸ਼ੁਰੂ ਹੁੰਦਾ, ਨਾ ਨਾਲ ਸ਼ੁਰੂ ਹੁੰਦਾ ਹੈ। ਅੱਲਾ ਫਰਮਾਂਦਾ ਹੈ ਅੱਲਾਹੁ ਲਾ ਇਲਾਹਾ, ਇਹ ਨਹੀਂ ਫਰਮਾਇਆ ਅੱਲਾਹੁ ਖਾਲਿਕੁਨ, ਅੱਲਾਹੁ ਰਾਜ਼ਿਕੁਨ, ਅੱਲਾਹੁ ਮੁਜੀਬੁਨ। ਅੱਲਾ ਖਾਲਿਕ ਹੈ, ਅੱਲਾ ਰਾਜ਼ਿਕ ਹੈ, ਅੱਲਾ ਸੁਣਨ ਵਾਲਾ ਹੈ। ਅੱਲਾ ਫਰਮਾਂਦਾ ਇਹ ਬਾਤ ਦੇ ਅੰਦਰ ਕਰੇ, ਪਹਿਲੇ ਇਹ ਮੰਨ ਲੈ ਜਿਵੇਂ ਮੈਂ ਹਾਂ ਇਹ ਕੋਈ ਨਹੀਂ ਹੈ। ਅੱਲਾਹੁ ਕੋਈ ਇਲਾਹ ਨਹੀਂ, ਕੋਈ ਹਾਜਤ ਰਵਾ ਨਹੀਂ, ਕੋਈ ਮੁਸ਼ਕਿਲ ਕੁਸ਼ਾ ਨਹੀਂ, ਸਿਵਾ ਉਸਦੇ ਹੋਏ ਵੱਲੋਂ ਦਿੱਤਾ ਵੇ ਦਿਲ ਲਵਾਜ਼ਮਾਤ ਇਹ ਹੈ ਕਿ ਅਲ ਹਈਉਲ ਕਯੂਮ, ਉਹ ਅਕੇਲਾ ਅਲ ਹਈਉ ਖਾਸ ਜ਼ਿੰਦਗੀ ਵਾਲਾ ਹੈ। ਦੋਵੇਂ ਆਮ ਜ਼ਿੰਦਗੀਆਂ ਵਾਲੇ ਨੇ, ਮਹਦੂਦ ਜ਼ਿੰਦਗੀਆਂ ਵਾਲੇ ਨੇ, ਮਗਰ ਉਹ ਜਿਹੜਾ ਅਲ ਹਈਓ ਖਾਸ ਜ਼ਿੰਦਗੀ ਵਾਲਾ ਹੈ, ਤੇ ਛੜਾ ਖਾਸ ਜ਼ਿੰਦਗੀ ਵਾਲਾ ਹੀ ਨਹੀਂ ਬਲਕਿ ਦੋਵੇਂ ਜ਼ਿੰਦਗੀਆਂ ਵਾਲਿਆਂ ਦੀਆਂ ਜ਼ਿੰਦਗੀਆਂ ਨੂੰ ਥਾਮ ਕੇ ਰੱਖਣ ਵਾਲਾ ਵੀ ਹੈ। ਅਲ ਹਈਓ ਬਾਕੀ ਪੂਰੀ ਕਾਇਨਾਤ ਨੂੰ ਨੀਂਦ ਵੀ ਆਉਂਦੀ ਏ, ਊਂਗ ਵੀ ਆਉਂਦੀ ਏ, ਮੌਤ ਵੀ ਆਉਂਦੀ ਏ। ਮੌਤ ਤੇ ਦਰਕਿਨਾਰ ਰਹਿ ਗਿਆ, ਉਹਦੇ ਨੇੜੇ ਤੇ ਨੀਂਦ ਵੀ ਨਹੀਂ ਆਉਂਦੀ, ਨੀਂਦ ਤੇ ਦਰਕਿਨਾਰ ਰਹਿ ਗਈ ਉਹਨੂੰ ਤੇ ਊਂਗ ਇੰਨੀ ਨੀਂਦ ਦਾ ਇਬਤਦਾਈਆ ਵੀ ਨਹੀਂ ਆਉਂਦਾ ਉਹਦੇ ਉੱਤੇ। ਪੂਰੀ ਕਾਇਨਾਤ ਨੂੰ ਜੀਂਦਿਆਂ ਨੂੰ ਤੇ ਨੀਂਦ ਉਂਗਾਣ ਕੇ ਪਕੜ ਲੈਂਦੀ ਏ, ਉਹਨਾਂ ਦੇ ਹਰਾਮ ਮਗਜ਼ ਦੇ ਉੱਤੇ ਜਿਹੜੇ ਵੇਲੇ ਆਸਾਬ ਦੇ ਸੰਤਰ ਤੇ ਕਬਜ਼ਾ ਕਰ ਵੈਂਦੀ ਏ, ਉਸ ਵੇਲੇ ਬੰਦੇ ਦਾ ਸਿਰ ਜਾਂ ਤੱਲੇ ਝੁਕ ਵੈਂਦਾ ਜਾਂ ਉੱਤਾਂ ਹੀ ਖਾਡੀ ਅੜੀ ਵੈਂਦੀ ਏ। ਮਗਰ ਅੱਲਾ ਨਾ ਕਹਿੰਦੇ ਅੱਗੋਂ ਝੁਕਦਾ ਹੈ ਨਾ ਉਹਦੇ ਉੱਤੇ ਕੋਈ ਹੋਰ ਹੈ ਜਿਹਦੇ ਮੁਤਵਜੇ ਹੋ ਜਾਏ, ਜਿਹਦੇ ਉੱਤੇ ਨੀਂਦ ਆਉਂਦੀ ਏ ਉਹਦੇ ਬੇਵਸਤ ਬੇਅਖਤਿਆਰ ਹੋ ਵੈਂਦਾ ਹੈ। ਅੱਲਾ ਦੇ ਉੱਤੇ ਨੀਂਦ ਉਂਗ ਨਹੀਂ ਆਉਂਦੀ ਉਹਦੇ ਉੱਤੇ ਬੇਵਸੀ ਤੇ ਬੇਅਖਤਿਆਰੀ ਨਹੀਂ ਆ ਸਕਦੀ। ਚਲਦਿਆਂ ਚਲਦਿਆਂ ਅੱਲਾ ਫਰਮਾਂਦਾ ਹੈ ਲਾ ਯੁਹੀਤੂਨਾ ਬਿਸ਼ਈਇਨ ਮਿਨ ਇਲਮਿਹਿ ਇਲਾ ਬਿਮਾ ਸੁੱਤਾ ਹੀ ਬੈਠਾ ਹੈ ਤੇ ਨਾਲ ਸੁਭਾਨ ਅੱਲਾ ਬੈਠਾ ਹੈ, ਪਤਾ ਨਹੀਂ ਅੱਖੀ ਕਿਉਂ ਨਹੀਂ ਤੱਕੀ ਦੀ ਹੈ ਪਹਿਲਾਂ। ਲਾ ਯੁਹੀਤੂਨਾ ਬਿਸ਼ਈਇਨ ਮਿਨ ਇਲਮਿਹਿ, ਉਹ ਨਹੀਂ ਘੇਰਾ ਪਾ ਸਕਦੇ ਕਈ ਸ਼ੈ ਨੂੰ ਉਹਦੇ ਪੂਰੇ ਇਲਮ ਦੇ ਲਿਹਾਜ਼ ਨਾਲ, ਕਈ ਇੱਕ ਸ਼ੈ ਵੀ ਹੈ ਉਹਦਾ ਵੀ ਪੂਰਾ ਇਲਮ ਨਹੀਂ ਕੋਈ ਹਾਸਿਲ ਕਰ ਸਕਦਾ। ਅੱਤਾ ਕਿ ਕਾਇਨਾਤ ਦੀਆਂ ਹਜ਼ਾਰਾਂ ਬੇਸ਼ੁਮਾਰਾਂ ਮਖਲੂਕਾਤ ਵਿੱਚੋਂ ਕਹੇ ਇੱਕ ਮਖਲੂਕ ਦਾ ਵੀ ਪੂਰੀ ਤਰ੍ਹਾਂ ਇਲਮ ਇਨਸਾਨਾਂ ਨੂੰ ਹਾਸਿਲ ਕੋਈ ਨਹੀਂ, ਬਲਕਿ ਬਾਕੀ ਮਖਲੂਕਾਤ ਤੇ ਦਰਕਿਨਾਰ ਲੈ ਗਈਆਂ। ਅੱਜ ਜੇ ਤੋੜੀ ਦਿਲ ਲਾ ਲਿਆ ਬੰਦੇ ਨੇ, ਬੰਦੇ ਨੂੰ ਆਪਣੇ ਵਜੂਦ ਦੀ ਪੂਰੀ ਹਕੀਕਤ ਦਾ ਵੀ ਇਲਮ ਨਹੀਂ ਹਾਸਿਲ ਹੋ ਸਕਿਆ।
दुनिया दे जाकर हैरान रह गए ने, दुनिया दे साइंसदान हैरान रह गए ने, इंसानी खोपड़ी के अंदर जेड़ा दिमाग रखे होया दी हकीकत क्या है। अल्लाह फरमाता है दुई मखलूक ते एक पासे रह गई, और तेरा अपना वजूद भी अजा पूरी तरह तेरे इल्म दे अंदर नहीं आया। मैं इतनी अपनी कुदरती कारीगरी ते करिश्मा कारिया नाल तैनू बनाया है, एक एक रग के दुनिया दे माहिर भी हैरान रह जान। ला पूरा इल्म बंदे नहीं रखते हैं, उतना ही जान देन इल्ला बिमाशा, जितना अल्लाह इल्म देता है उतना पता लगता है। कहें एक शायद भी बंदा अपने दिल नाल इल्म नहीं हासिल कर सकता। अल्लाह अकबर। फरमाया वासिया कुरसीयो समावात वल अर्दा, ओ इहो जिहा वसी इल्म वाला है, इहो जिही वसी ताकत वाला है, इहो जिही वसी कुदरत वाला है, इहो जिहा वसी इख्तियारात वाला है। वासिया कुरसीयो समावात वल अर्दा, ए मियां आसमान ते जमीन इना दे उते उदा इख्तदार ते बादशाही एडी खुली ते वसी है, इना दोआं दी आसमान कोलों लैके जमीन तक वल जमीन दे तले तक इना दी हिफाजत करेंदा है ते चौबी घंटे निगरानियां करेंदा है। अल्लाह दे वला यऊदुहु हिफ्ज़ुहुमा, इना दोआं इबादत करदियां करदियां थकदा नहीं, अल्लाह थकदा इन्हां दी हिफाजत उहनूं थकाईंदी नहीं। ओ थके तके होर किसे में लाए ना, की ख्याल है? ओ थके तवत्ता कहनूं आखे ना भाई हुण मैं लादा समदा पिया ते हिफाजत तू च करें, या मैं वहींदा पिया कह होर मुल्क दी शहर ते पिछू कायम मकाम तू बन जाए। अल्लाह दा वासिया कुर्सी ओ समावात वल, जिथे जिथे आसमान जमीन है उत्थे उत्थे तो मेरी कुर्सी है, जिथे जिथे आसमान से किथे किथे कोई टोटा है ना जेड़ा आसमान तो बगैर नजर आंदा होवे, जमीन दा कोई हिस्सा है इहो जिहा जिहदे उत्ते आसमान कोई ना होवे। अल्लाह चैलेंज कीता है जिन्नां नूं ते इंसानां नूं, या माशरल जिन्न वल इंस इन इस्तताअतुम अन तनफुज़ू मिन अक़तारिस समावात वल अर्ज फनफुज़ू, अगर निकल सकते हो आसमान दे छप्पर चा के जमीन। अल्लाह फरमांदा ला तनफुज़ूना इल्ला बिसुल्तान फबे अय्य आला रब्बिकुमा तुकज़्ज़िबान, अल्लाह दे हत्थां विचों कायनात का एक जर्रा भी बाहर नहीं निकल सकता। इल्मे इलाही बेकरार बेकरार ते इंसान दा इल्म सवार। एक मिसाल याद आई, गार दे अंदर सो गए, सुते रहे सुते रहे सुते रहे, वेखो औलिया अल्लाह दा इल्म, चलो बाकी दे दी गल नहीं से करें दे, सुते रहे इतनी देर सुते रहे, अल्लाह फरमाता है वनुकल्लिबुहुम ज़ातल यमीन वज़ात शिमाल, असा उन्हां दे पासे परतेंदे रहे कदी सज्जे कदी खब्बे, वल ज़रा बनाना ताके इन्हां नूं बाहर दा शोर परेशान ना करे।
ਵੱਲ ਜਿਹੜੇ ਵੇਲੇ ਸੂਰਜ ਆਵਣ ਲੱਗਿਆ ਗਾਰ ਦੇ ਮੂੰਹ ਦੇ ਉੱਤੇ ਧੁੱਪ ਤੱਲੇ ਪਵਣ ਲੱਗਿਆ, ਅੱਲਾ ਫਰਮਾਂਦਾ ਵਾ ਤਾਰਾ ਸ਼ਮਸ ਇਲਾ ਤਲਾਤ ਤਲਾ ਵਰੋ ਕਾਫਿਮ ਲਾ ਤਲ ਯਮੀਨ ਵਹਿਰਾ ਸੱਜਣ ਅੱਲਾ ਦੇ ਪਸੰਦੀਦਾ ਬੰਦੇ ਜੋ ਅੱਲਾ ਉਹਨਾਂ ਦੇ ਪਾਸੇ ਵੀ ਪਰਤਾਈਦਾ ਰਿਹਾ ਤੇ ਪਾਸੇ ਵੀ ਇੰਜ ਪਰਤਾਏ। ਹਾਲਾਂਕਿ ਮਾਂ ਅਗਰ ਆਪਣੇ ਬੇਟੇ ਲੇਟੇ ਹੋਏ ਦਾ ਪਾਸਾ ਪਰਤਾਏ ਕਿਉਂ ਥੱਕ ਗਿਆ ਉਸੀ ਤੈਨੂੰ ਜਾ ਕੇ ਦੂਏ ਪਾਸੇ ਪਰਤਾ ਦਿਵਾਏ, ਉਸ ਵੇਲੇ ਵੀ ਬਾਲ ਕੁਝ ਨਾ ਕੁਝ ਠੁਰਕ ਪੈਂਦਾ ਹੈ, ਕੁਝ ਨਾ ਕੁਝ ਹੱਲਣ ਜੁੱਲਣ ਲੱਗ ਪੈਂਦਾ ਹੈ। ਮਾਂ ਦੇ ਹਾਲਾਂ ਕੇ ਹੱਥ ਬੜੇ ਨਰਮ ਤੇ ਬੜੇ ਪਿਆਰੇ ਆਉਂਦੇ, ਵੱਲ ਵੀ ਉਹਦੀ ਨੀਂਦ ਦੇ ਅੰਦਰ ਕੁਝ ਨਾ ਕੁਝ ਖਲਲ ਤਾਂ ਜ਼ਰੂਰ ਆਉਂਦਾ ਹੈ। ਮਗਰ ਅੱਲਾ ਫਰਮਾਉਂਦਾ ਹੈ ਅਸਾਂ ਆਪਣੀ ਰਹਿਮਤ ਦੇ ਨਰਮ ਤੇ ਪਿਆਰੇ ਹੱਥਾਂ ਨਾਲ ਇੰਜ ਤਰ੍ਹਾਂ ਪਾਸੇ ਬਦਲੇ ਦਿਆਂ ਸੇ ਜੋ ਉਹਨਾਂ ਨੂੰ ਠੁਰਕਣ ਦੀ ਕੋਈ ਨਾ ਸੇ ਦਿੰਦੇ। ਵਾਨੂੰ ਕੱਲੇ ਬਹੁਮ ਦਲ ਯਮੀਨੇ ਮੁਕਾਬਲਾ ਕੋਈ ਨੀ ਕਰ ਸਕਦਾ। ਅੱਲਾਹ ਅਕਬਰ ਏਡੇ ਮਿਹਰਬਾਨੀਆਂ ਨਾਲ ਪਾਸੇ ਪਰਤਾਏ ਸੱਜਣ ਜੋ ਆਪਣੇ ਉਹਨਾਂ ਨੂੰ ਥਪਕੀਆਂ ਵੀ ਦਿੱਤੀਆਂ ਤੇ ਧੁੱਪ ਤੋਂ ਵੀ ਬਚਾਈ ਰੱਖਿਆ। ਇਹ ਸਾਰਾ ਕਮਾਲ ਇਹ ਸਾਰੀਆਂ ਬਰਕਤਾਂ ਤੇ ਨੇਮਤਾਂ ਦਿੱਤੀਆਂ। ਮਗਰ ਜਿੱਥੇ ਅੱਲਾ ਦੀ ਸਿਫਾ ਤੇ ਮਹਦਾ ਦਾ ਮਕਾਮ ਆਉਂਦਾ ਹੈ, ਜਿੱਥੇ ਅੱਲਾ ਦੀ ਰਾਤ ਦਾ ਖਾਸਾ ਆ ਵਈਏ, ਉਸ ਵੇਲੇ ਅੱਲਾ ਨਾ ਕਹੇ ਆਪਣੇ ਨੂੰ ਸ਼ਰੀਕ ਹੋਣ ਦਿੰਦਾ ਹੈ ਨਾ ਕੋਈ ਪਰਾਇਆ ਆਉਂਦਾ ਹੈ। ਜਿਹੜੇ ਵੇਲੇ ਆਇਆ ਖਾਸਾ ਤੇ ਖਾਸਾ ਜਾਣਦੇ ਹੋ ਨਾ, ਆ ਮੰਤਕ ਪੜ੍ਹੇ ਹੋਏ ਤੇ ਇਹਨਾਂ ਨੂੰ ਪਤਾ ਖਾਸਾ ਮਾ ਯੂ ਜਦੋਂ ਫੀ ਹੈ ਵਲਾ ਯੂ ਜਦੋਂ ਫੀ ਹੈ ਰਹੀ। ਖਾਸਾ ਉਸ ਸ਼ਹਿਰ ਨੂੰ ਅਖੀਂਦਾ ਜਿਹੜੀ ਉਸੇ 'ਚ ਪਾਈ ਵਾਂਗੇ ਕਹਿ ਦੋਵੇਂ 'ਚ ਪਾਈ ਨਾ ਜਾਏ। ਜਿਹੜੇ ਵੇਲੇ ਗੱਲ ਆਈ ਖਾਸੇ ਦੀ ਇਲਮ ਤੇ ਕੁਦਰਤ ਦੀ, ਅੱਲਾ ਫਰਮਾਉਂਦਾ ਹੈ ਕਲਾ ਜਾਗ ਪਿਆ ਨੇ ਇਹ ਕੌਮ ਨਾਰੇ ਨਾਲ ਜਾਗਣ ਦੀ ਨਹੀਂ, ਇਹ ਸੋਟਿਆਂ ਦੇ ਕਾਬਿਲ ਨੇ। ਅਸਾਂ ਉਹਨਾਂ ਨੂੰ ਜਗਾਇਆ ਜਗਾਇਆ, ਪੁੱਛੋ ਇੱਕ ਦੂਏ ਕੋਲੋਂ ਕਿ ਕਿਤਨੀ ਦੇਰ ਰਹਿ ਗਿਆ ਹੈ। ਇਹ ਹੁਣ ਆਪਣੇ ਬਾਰੇ ਕਹਿ, ਦੂਏ ਦੇ ਬਾਰੇ ਨਹੀਂ, ਆਪਣੇ ਬਾਰੇ ਗੱਲ ਯਾਦ ਹੀ ਨਹੀਂ ਨਾ, ਆਪਣੇ ਬਾਰੇ। ਜਿਹੜੇ ਵੇਲੇ ਪੁੱਛਣ ਲੱਗੇ ਕਮਲਾ ਵਿੱਚ ਤੁਮ ਉਹ ਭਾਈਓ ਕਿਤਨੀ ਦੇਰ ਠਹਿਰੇ ਰਹਿਆ ਹੈ, ਆਖਣ ਲੱਗੇ ਲਬਿਸਨਾ ਦਿਨ ਦਾ ਕੁਝ ਸਰ ਹੈ। ਮਗਰ ਅੱਲਾ ਫਰਮਾਉਂਦਾ ਹੈ ਨਾ ਇੱਕ ਦਿਨ ਰਹੇ ਨਾ ਦਿਨ ਦਾ ਕੁਝ ਸਰ ਹੈ, ਨਾ ਹਫ਼ਤਾ ਰਹੇ ਨਾ ਮਹੀਨਾ ਰਹੇ ਨਾ ਸਾਲ ਰਹੇ ਨਾ 10 ਸਾਲ ਰਹੇ। ਲਾਗੇ ਸੁਣਿਆ ਸਲਾਮ ਸਮਿਆਂ ਦਿਨ ਸਿਨੀਨਾ ਵਜਦਾ ਤੇ ਸੋ ਉਹ ਆਪਣੀ ਘਰ ਦੇ ਅੰਦਰ ਰਹੇ 100 ਸਾਲ ਰਹੇ ਤੇ ਨਾਲ ਉੱਤੋਂ ਵੱਧ ਗਏ 9 ਸਾਲ। ਉੱਤੋਂ ਕਿਤਨੇ ਵੱਧ ਗਏ? ਕਮਰੀ ਮਹੀਨੇ ਦੇ ਲਿਹਾਜ਼ ਨਾਲ ਤੇ ਸ਼ਮਸੀ ਦੇ ਨਾਲ ਪੂਰੇ 300 ਸਾਲ। ਉਹ ਰੂਮ ਦਾ ਇਲਾਕਾ ਨਾ, ਉੱਥੇ ਸ਼ਮਸੀ ਰਿਵਾਜ ਆਈ 300 ਸਾਲ। ਇਸ ਵਾਸਤੇ ਪਹਿਲੇ ਦੱਸਿਆ
ਤੇ ਚੰਨ ਨਾਲ ਕੀ ਹੁਣ ਉਤਵਾ 309 ਸਾਲ ਬਣਦੇ। ਉਹ ਵੱਧ ਤਾਂ ਗਏ, ਆਪੋ ਨਾ ਵੱਧ ਗਏ, ਉਹ ਵੱਧ ਹਿਸਾਬ ਨਾਲ ਗਏ ਆ। ਅੱਲਾਹ ਅਗਰ ਮੂੰਹ ਦੇ ਤੂੰ ਹੱਦੀ ਮਲੂਮ ਦਾ ਕਾਈ ਸ਼ਾਇਦ ਲੈ ਵੰਜੂਗੇ ਤੂੰ ਸੁਭਾਅ ਨਾਲ ਜਿਹੜੇ ਉਬਾਸੀ ਆਵੇ ਮੂੰਹ ਦੇ ਤੂੰ ਹੱਥ ਦਿੱਤਾ ਕਰੋ। ਇਹ ਮਸਲਾ ਸਾਰਿਆਂ ਵਾਸਤੇ, ਇੱਕੇ ਵਾਸਤੇ ਨਹੀਂ। ਜਿਹੜੇ ਬੰਦਾ ਮੂੰਹ ਪਟੇਂਦਾ ਨਾ ਉਸ ਵੇਲੇ ਵੇਖਣ ਵਾਲੇ ਨੂੰ ਡਰਾਉਣਾ ਦਾ ਅੱਲਾ ਜਾਣਦਾ ਵੀ ਮੈਨੂੰ ਮੂੰਹ ਇਹ ਲਊ ਹੈ, ਕਿਉਂਕਿ ਇਹ ਮੂੰਹ ਐਂਡ ਤੋੜੀ ਪਟੀਂਦਾ, ਇਹ ਵਤ ਵਿਚਾਲੇ ਖਲੋਂਦਾ ਨਹੀਂ ਤਬਨ। ਇਸ ਵਾਸਤੇ ਇਜ਼ਾ ਤਸਾ ਆਬਾ ਅਹਦੁਕਮ ਫਲ ਯੁਮ ਸਿੱਖ ਬੀਆ ਦੇ ਹੀ ਫਇਨ ਸ਼ੈਤਾਨ ਯਦ ਖੁਲੋ ਫੀ ਫੀ ਹੈ। ਅਗਰ ਇਹ ਖਾਟਾ ਖੁੱਲਾ ਰਹੇ ਅੰਦਰ ਸ਼ੈਤਾਨ ਉਹ ਇੰਤਜ਼ਾਰ 'ਚ ਆਉਂਦਾ, ਉਹ ਅੰਦਰ ਵੜ ਵੱਜਦਾ ਅੰਦਰ ਵੱਤ, ਉਹਦੀ ਜੋ ਮਰਜ਼ੀ ਆ ਵੀ ਕੀਤੀ ਰੱਖੇ। ਲੋਕ ਆਦਨ ਜਿਨ ਹੋ ਗਏ ਨੇ ਅਜੇ ਲਈ ਅੰਦਰ ਵੜਨਾ ਤਾਂ ਜਿਨ ਹੋ ਹੀ ਪੈਣਾ ਨਾ। ਇਹ ਮੂੰਹ ਬੰਦ ਰੱਖਿਆ ਕਰੋ, ਇਹ ਜਿਨ ਇਦੋਂ ਵੜਦਾ ਹੋਰ ਉਹਦੇ ਵੜਨ ਦਾ ਬੂਹਾ ਕੋਈ ਨਹੀਂ, ਅਤੇ ਨਿਕਲਦਾ ਪਤਾ ਨਹੀਂ ਕਿਹੜੀ ਜਾ ਤੂੰ ਇਹ ਕੱਢਣ ਵਾਲੇ ਨੂੰ ਪਤਾ ਸੀ ਬਹਰਲ ਇਸ ਇਸ ਵਾਸਤੇ ਇਸ ਨੂੰ ਵੜਨ ਨਾ ਦਿੱਤਾ ਕਰੋ। ਐਵੇਂ ਮੁੜ ਪਿੱਛੇ ਪੈਸੇ ਬਣਾਏ ਜੀ 10,000 ਜੀ 5,000 ਅਤੇ ਉਹ ਮੁੜ ਬੂਹੇ ਕੱਢਣ ਦੀ ਬਜਾਏ ਦੂਆ ਫਸ ਦੇ ਵਿੱਚ। ਇਸ ਵਾਸਤੇ ਇਹ ਦੁਕਾਨਾਂ ਦੇ ਚੱਕਰ, ਜਿਹੜੀ ਨਬੀ ਦੀ ਸੱਲੱਲਾ ਰਸਲ ਜਿਹੜੀ ਸੁਨਤ 'ਤੇ ਅਮਲ ਕਰੇ ਸੋਨਾ ਬੜੀਆਂ ਬਰਕਤਾਂ ਮਿਲ ਸੀ, ਇਹ ਪੱਕੀ ਗੱਲ। ਜੁੱਤੀ ਪਾਵਣ ਵਾਲੇ ਵੀ ਛੰਡੀ 'ਚ ਕਰੋ, ਜੁੱਤੀ ਪਾਵਣ ਵਾਲੇ ਆਪਣੀ ਜੁੱਤੀ ਪਾਵਣ ਵਾਲੇ ਛੰਡੀ 'ਚ ਕਰੋ, ਇਹ ਵੀ ਆਪਨੇ ਤਾਲੀਮ ਦਿੱਤੀ। ਹੋ ਸਕਦਾ ਵਿੱਚ ਕੋਈ ਬਿੱਛੂ ਹੋਵੇ ਬਠੂਆ, ਵੇ ਗੁੱਡੀ ਉਸਤਾਦ ਨੂਰ ਮੁਹੰਮਦ ਆਮਾ ਸਾਹਿਬਾਨ ਸਭਾ ਸ਼ਰਾ ਦੇ ਕਾਰੀ ਮੇਰੇ ਉਸਤਾਦ ਹਨ, ਕਿਰੋੜ ਪੱਕੇ ਦੇ ਸੌਤ ਹੋ ਗਏ, ਅੱਲਾ ਮਗਫਰਤ ਫਰਮਾਏ। ਅਸਰ ਦੀ ਨਮਾਜ਼ ਪੜ੍ਹ ਕੇ ਇੱਕ ਵਾਰੀ ਨਿਕਲਾਂ ਪੈ ਅਤੇ ਮੈਂ ਉਹਨਾਂ ਦਾ ਹੱਥ ਫੱਤੀ ਵਧਾਂ, ਜੁੱਤੀ ਚਮੜੇ ਦੀ ਪੈਣ ਦਿਆ, ਪੈਰ ਜੋ ਵਿੱਚ ਪਾਇਆ ਅਤੇ ਫੌਰਨ ਸੀ ਸੀ ਕਰਕੇ ਬਾਹਰ ਕੱਢਿਆ। ਮੈਂ ਗੁਰਦਾ ਜੀ ਕਿਉਂ ਗਿਆ ਜਿਹੜੇ ਯਾਰ ਪੌਲੇ ਦੇ ਵਿੱਚ ਅੰਦਰ ਵਿੱਚ ਕਸ਼ ਵਧੀਆ ਅਤੇ ਮੈਂ ਲੜ ਗਈਏ। ਅੱਜ ਜਣੇ ਮੈਨੂੰ ਤਸੱਲੀ ਹੋਈਏ ਕਿ ਅੱਲਾ ਦੇ ਨਬੀ ਵਾਕਈ ਮੋਹਸਿਨ ਇਨਸਾਨੀਅਤ, ਉਹਨਾਂ ਫਰਮਾਇਆ ਜੁੱਤੀ ਛੰਡ ਕੇ ਪਾਈ ਕਰੋ, ਮੈਂ ਨਹੀਂ ਨਾ ਛੰਡੀ ਤਾਂ ਉਹ ਲੜ ਗਈ। ਇਸ ਵਾਸਤੇ ਜਿਹੜੀ ਸੁਨਤ 'ਤੇ ਅਮਲ ਕਰੇ ਸੋ ਉਹਦਾ ਫਾਇਦਾ ਹੈ, ਬਰਕਤ ਹੈ। ਬਾਅਦ ਇਹੋ ਜਿਹੀ ਸੁਨਤਾਂ ਹੁੰਦੀਆਂ ਜਿਹਨਾਂ ਦਾ 24 ਘੰਟੇ ਸਵਾਬ ਆਉਂਦਾ ਰਹਿ ਪੈਂਦਾ, ਅਤੇ ਜੇ ਨਾ ਰੱਖੀ ਮੈਨੂੰ ਤਾਂ 24 ਘੰਟੇ ਗੁਨਾਹ ਆਉਂਦਾ ਰਹਿ ਪੈਂਦਾ। ਇਹ ਜਿਵੇਂ ਮੂੰਹ ਛਿਲਾਈ ਰੱਖਦੇ ਹੋ, ਨੌਜਵਾਨ ਬੰਦਾ ਸਾਫ਼ ਰਹੇ, ਕਮ ਅਜ਼ ਕਮ ਉਦੋਂ ਤੋੜੀ ਤਾਂ ਸਾਫ਼ ਰਹਿਣਾ ਜਦ ਤੁਹਾਡੀ ਮੰਗਣੀ ਨਹੀਂ ਹੋ ਵੈਂਦੀ, ਸ਼ਾਦੀ ਨਹੀਂ ਹੋ ਵੈਂਦੀ, ਕਿਉਂਕਿ ਰਿਸ਼ਤਾ ਹੀ ਕੋਈ ਨਹੀਂ ਦਿੰਦਾ। ਅੱਲਾ ਦੇ ਬੰਦੇ ਹੋ ਜਿਹੜੇ ਇਸ ਗੱਲੋਂ ਨੇ ਰਿਸ਼ਤਾ ਦਿੰਦੇ ਕਿ ਨੌਜਵਾਨ ਦੇ ਚਿਹਰੇ 'ਤੇ ਦਾੜੀ ਹੈ, ਉਹਨਾਂ ਦੇ ਕੋਲ ਰਿਸ਼ਤਾ ਲਾਇਆ ਤਾਂ ਤੂੰ ਕਰਨਾ ਕੀ? ਉਸ ਘਰ ਦੇ ਵਿੱਚ ਪਰਨੀਵਣ ਦਾ ਫਾਇਦਾ। ਮੈਂ ਖੁਦ ਸੰਨ 2016 ਦੀ ਗੱਲ ਹੈ, ਇੱਕ ਨਿਕਾਹ ਪੜਾਇਆ, ਉਹ ਜਿੱਥੇ ਲਿੰਦੀ ਥੀਂਦਾ ਹੱਕ ਮਾਰ, ਉਹ ਜਿਹੜੇ ਬੱਚੀ ਕੋਲ ਪੁੱਛੇ ਉਹਨੇ ਨਾ ਜੀ, ਉਹ ਆਖਣ ਲੱਗੀ ਉਹ ਸਾਜੀ ਮੇਰੇ ਹੱਕ ਮਾਰ ਦੇ ਵਿੱਚ ਇਹੋ 'ਚ ਲਿਖੋ ਬਈ ਮੇਰਾ ਖਾਵੰਦ 5 ਟਾਈਮ ਨਮਾਜ਼ ਦੀ ਪਾਬੰਦੀ ਕਰੇ। ਉਹੀ ਤਾਂ ਆਖਿਰ ਕਿਸੇ ਦੀ ਧੀ ਆਈ, ਅਤੇ ਚੰਗਿਆਂ ਨੂੰ ਚੰਗੀਆਂ ਲੱਭ ਵੱਜਦੀਆਂ ਨੇ। ਕਹਿੰਦੀ ਵੀ ਸਮਝ ਥੋੜ੍ਹੀ ਜਿਹੀ ਆਪਣੇ ਆਪ ਨੂੰ ਹੌਸਲਾ ਰੱਖੋ, ਦਾੜੀਆਂ ਰਖਾਓ, ਨਮਾਜ਼ਾਂ ਪੜ੍ਹੋ। ਵੀ ਸ਼ੱਕ ਤੁਹਾਨੂੰ ਲੋਕ ਸੂਫੀ ਛੱਡਣ ਪਏ, ਅੱਲਾ ਦੀ ਕਸਮ ਹੈ ਨੇਕ ਬੀਵੀ ਅੱਲਾ ਤੁਹਾਨੂੰ ਦੇ ਸਕਦਾ। ਤਈਬੀਨ ਵਾਸਤੇ ਅੱਲਾ ਤਈਬਾਤ ਪੈਦਾ ਕੀਤੀਆਂ, ਤੇ ਖਬੀਸ ਮਰਦਾਂ ਵਾਸਤੇ ਉਹ ਜਿਹੀਆਂ ਪੈਦਾ ਕੀਤੀਆਂ। ਅੱਲਾਹ ਅਕਬਰ। ਹਾਂ ਬਈ, ਉਹ ਕਿੱਥੇ ਆਈ ਗੱਲ? ਹਾਂ, ਲਬੇ ਸੂਫੀ ਕਾਫੇਮ ਰਹੇ ਆਪਣੀ ਕਾਰ ਦੇ ਅੰਦਰ 209 ਸਾਲ, ਮਗਰ ਉਹ ਅੱਲਾ ਦੇ ਵਲੀ ਕੇ ਪਿਆ ਦਿਆ ਨੇ ਇੱਕ ਦਿਨ ਜਾਂ ਦਿਨ ਦਾ ਕੁਝ ਹਿੱਸਾ, ਮਗਰ ਇਹ ਉਹਨਾਂ ਦਾ ਇਲਮ ਹੈ ਤੇ ਅੱਲਾ ਦਾ ਇਲਮ ਇਹ ਹੈ ਕਿ ਨਹੀਂ ਉਹ 309 ਸਾਲ ਰਹੇ। ਦੱਸੋ ਇਲਮ ਕਾਮਿਲ ਅੱਲਾ ਦਾ ਹੈ ਜਾਂ ਉਹਨਾਂ ਦਾ ਹੈ? ਬੋਲੋ, ਇਲਮ ਕਾਮਿਲ ਅੱਲਾ ਦਾ ਹੈ, ਹਾਲਾਂਕਿ ਆਪਣੀ ਜ਼ਾਤ ਦੇ ਬਾਰੇ ਪੁੱਛਿਆ ਗਿਆ ਕਿਤਨੀ ਦੇਰ ਪੈ ਰਿਹਾ ਹੈ, ਮਗਰ ਜਿਹੜੇ ਵੇਲੇ ਬੰਦਾ ਸਮਝਦਾ ਸੁਤਿਆਂ ਉਹ ਵੇਖ ਸਕਦਾ, ਸੁਤਿਆਂ ਉਹ ਸੁਣ ਸਕਦਾ, ਸੁਤਿਆਂ ਉਹਦਿਆਂ ਤੇ ਸਾਲਾਂ ਨੂੰ ਗਿਣ ਸਕਦਾ, ਸੁਤਿਆਂ ਉਹ ਖਾ ਪੀ ਸਕਦਾ,
सुत्या सुत्या नहीं देख सकता, सुत्या सुत्या नहीं सुन सकता, ते मरण नाल सुन भी लेंदा है, वेखण भी लग वेंदा है। अल्लाह फरमांदा आ मैं तैनू दसा कि इल्म मखलूक दा ते मेरे दा केड़ा फर्क है। औ कल्लदी मर्रा अला करिया ते वखे जा खान या दुर अला अल्लाह फरमांदा है जींदे हन ओ वलीयन उन्हां दी मालूमात ते मेरी मालूमात दा तैनू तकाबुल पता लग गया होना है। हुण आ मैं तैनू नबी दी गल सुणावां औ कल्लदी मर्रा अला करियतिन व हिया खावियतुन अला उरूशिहा। मर्द बरगुजीदा गुजरिया कितों गुजरिया एक वस्ती तबाह शुदा दे कोलो गुजरे एडी मुंजोई पई एडी तबाह होई पई खलो गए अपने खच्चर शरीफ नु रोक के हैरानी नाल वेख के आखण लगे अन्ना आखिर लगे बल्ले बल्ले बड़ी हैरानी मकाम ताज्जुब है इस वस्ती नू इयो जया भिड़ होया नू भी अल्लाह ने किवें जिंदा करना तो है मगर बड़ी हैरानी दा मंजर बनाए अन्ना युही आद इल्ला बादा मौत हा अल्लाह फरमांदा है मैं मसला समझावण वास्ते के कीता है ओ लेते होया अंछां दे उत्ते ते नाल अपना ओ खच्चर शरीफ या हिमार ओनू भी नाल नाल बद्धा होया ई ते चलो कुछ खुला भी वधा रहे कि कुछ आस पास जिथों तोड़ी रसलम मैं ओ जर चुग लएगा ओ भी वधा होया है ते आप साए दे उत्ते आराम कर रहे ने। अल्लाह फरमांदा है फअमातहुल्लाहु मिअता कितनी ये अल्लाह एडवांस चा दसिया है ये अल्लाह दा इल्म है ना सुभान अल्लाह। वल जड़े वेले सुम्मा बासा हू जड़े वेले वल उन्हां नूं जिंदा फरमाया ते पुछया कमला बेस्ता ए मेरा पाक बाज बंदा इत्थे कितनी देर ठहरे रह गयो अगो जवाब देवे लगे लबेस्तो यौमन औ बायौम ए मेरा अल्लाह मैं ते एक देर औसा या देदा कुछ सरया इयो कुछ मैं रे आवणा केते मालूमात उनां दी हजरत अल्लाह दे पाक पैगंबर दी मगर अल्लाह दा इल्म के पे आ जाए नहीं नहीं मेरा सोना बनाया था अंदर सौ साल पै रहे हो हुण वेख लो अपने खाने वाल ते अपने पीवन वाल जिहड़ी शाय ने पैगंबर दे जिस्म दा हिस्सा बनना हुंदा है पैगंबर दे जिस्म मुबारक दी खुराक बननी हुंदी अल्लाह उस नू कदी भी कीड़े नहीं ओहदे अंदर पैदा करेंदा कदी नहीं ओहनू उल्ली लगदी असली लगदी ओह मियां ओह त्रकदी भी नहीं ओहदे अंदर बदबू भी नहीं आंदी इतने ज़खीरे अहादीस दे अंदर सानू कोई उजई ज़ईफ रिवायत भी नहीं मिली जो अल्लाह दे पाक पैगंबर ने राती दुध रखे होवे ते दिया फिट गए होवे ते खराब हो गए होवे राती अल्लाह दे पाक पैगंबर ने अपना पानी या खाना रखे होवे ते दिया जेड़े वेले उठे होवे ना उन्हें उल्ली लगी हुई होवे ते खराब नहीं जिस खाने ने पैगंबर दे जिस्म दा हिस्सा बनना होंदा है अल्लाह उस खाने दी भी हिफाजत नाल नाल करे अल्लाह फरमाता फंजुर इला तामे का व शराबे का लमिया तसन्ना ए मेरा पाक पैगंबर तेरा अपना जिस्म अतहर ते दर किनार रह गया जेड़ी तेरी जिस्म दी गिजा मैं उसनों भी खराब नहीं होने दी
غذا نہیں خراب ہوتی تے پیغمبر دے جسم دے کوئی آ سکدا زوال ہاں قطر نہیں ویکھو نہیں خراب ہویا تہاڈا پیونا بھی مشروب بھی اور تہاڈی روٹی بھی ہاں البتہ تہاڈا کھوتا شریف کوئی نہیں ویکھو نا ونظر الہی مارے کا الہی مارے کا انج نہیں ونظر ہمارا کا اپنے کھوتے نو ویکھو نا ونظر الہی مارے کا جڑے پاسے کھوتا بدھا ہے اس پاسے ویکھو جلے اس پاسے ویکھیا کھوتے ہو رہی کھوتا تو کوئی نہیں فرمایا ٹھیک ہے کوئی نہیں ونظر الالیلام چلو ہڈیاں تا پہین ہڈیاں ول ویکھو کیف ننشزھا ثم نکسوھا علی ما جمع کرے پورے جوڑ جوڑ بنا کے چولا گوشت چڑھائی بنایا ہے دو حیثیت نشانی بنایا ہے یہ موت آ ونجے بھاوے پیغمبر تیری آوے او دی معلومات بھی اتھے ہی رک ویندیاں نیند نال بھی تے موت نال تے دوئی گل اے سمجھانی آئی موت بھاوے آوی جائے پیغمبر دے جسم دے اتے کوئی تبدیلی آندی کوئی نہیں ہن ویکھ لو اپنے گدے شریف وال اساں دوبارہ پہ بڑھینے آئے اللہ فرماندا ہے فلما تبین لا جڑے ویلے او تعجب والی گل واوے ہو گئی انہاں دے سامنے او آخر لگے اللہ اعلمو اعلمو اے گل تے میں اگے ہی جاننا ان اللہ علی کل شیء قدیر دونوں گلا ثابت ہو گیا نا علم بھی کامل کہیدا ہے تے قدرت بھی کا اللہ اے اللہ دے علم نو منے سے تے او دا نا ایمان ہے دنیا دے علم نو مثلاً ویکھو ایک مثال ہے صوفی صاحب نو حلائیں ویکھو بندے دا علم تے اللہ دا علم جاگ دے بیٹھے ہو گل مکئی نہیں ہے اللہ فرماندا ہے وما یستوی الاعمى والبصیر ذرا توجہ کریا توجہ آئیے تو تسا کئی بار سنی ہے ذرا توجہ کریا اللہ فرماندا ہے انا تے ویکھن والا برابر اے اللہ دا علم ہے کہ ساڈا علم ہے ہاں سوچ کے سوچ کے سوچ کے یہ توڑی قرآن چ آیت کائی نہ آئی اس لیے انا تے ویکھن والا برابر سڑی دیا سوچ کے سوچ جی تو میں آخیا نا سن دے اگے ہی ہو اج ذرا دھیان کریا ہے مخلوق دا علم تے اللہ دا علم اللہ دا وینے آئے نا تو کیڑا علم نے نا مخلوق دا کہ اللہ دا وما یستوی الاعمی والبصیر انا تے دیکھن والا برابر نہیں انہیں نا برابر نہیں اے دنیا دا علم ہے میرا مشاہدہ ہے تہاڈا مشاہدہ ہے ساڈے پیو دا مشاہدہ ہے ساڈے دادیاں دا مشاہدہ ہے جداں دی دنیا دے اندر انے تے ویکھن والے آئے نے اوداں دا ہر کوئی جاندا ہے جو ویکھن والا تے انا برابر قرآن دسے تاں پتہ لگدا ہے سوچ کے سوچ کے ای حال ہے تہاڈا اتے ای مرو نا پہلے ہی پتہ آ بھائی انا تے ویکھن والے برابر اچھا جس لیے قرآن کوئی نہ آیا تو تورات آئی اس لیے انا تے ویکھن والا برابر ہوندا ہے انج ہی تے کرو نے کوئی اچھا انجیل لے ویکھن والے برابر ہیں اس تو پہلے زبور جس لیے آئی اس لیے تے انا تے ویکھن والے برابر ہیں ہاں وہ تے دنیا دا علم ہے نا اپنی اکھیاں نال جی ویکھیا اے انا اس دے نوں نظر شائے اللہ نہ ہی دسے ساڈا علم ساڈا تجربہ ساڈا مشاہدہ
ਇਹ ਦੱਸਦਾ ਹੈ ਕਿ ਅੰਨਾ ਤੇ ਵੇਖਣ ਵਾਲਾ ਬਰਾਬਰ, ਭਾਵੇਂ ਅੱਲਾ ਦੱਸੇ ਤੇ ਭਾਵੇਂ ਨਾ ਦੱਸੇ ਸਾਨੂੰ ਪਤਾ ਹੈ, ਕਿਉਂਕਿ ਇਹ ਦੁਨੀਆ ਦਾ ਇਲਮ, ਇਹਦਾ ਇਲਮ ਇਲਾਹੀ ਨਾਲ ਨਹੀਂ ਤਾਲੁਕ, ਇਹ ਇਲਮ ਦੁਨੀਆ ਹੈ, ਇਹ ਮਖਲੂਕ ਦਾ ਇਲਮ ਹੈ। ਜ਼ਰਾ ਤਵੱਜੋ ਕਰਕੇ ਸੁਣ ਲਾ, ਅੱਲਾ ਫਰਮਾਉਂਦਾ ਹੈ ਅੰਨਾ ਤੇ ਵੇਖਣ ਵਾਲਾ ਬਰਾਬਰ। ਅੱਲਾ ਸਾਈਆਂ ਤੇ ਸਾਨੂੰ ਪਹਿਲੇ ਹੀ ਪਤਾ ਹੈ, ਅੱਲਾ ਤਾਂ ਮੈਨੂੰ ਹੀ ਪਤਾ ਹੈ ਜੋ ਤੁਹਾਨੂੰ ਹੀ ਪਤਾ ਹੈ, ਮਗਰ ਮੈਂ ਕਿਉਂ ਨਾਜ਼ਿਲ ਕੀਤਾ ਹੈ ਤੁਹਾਡੇ ਉੱਤੇ ਹੁਜਤ ਪੂਰੀ ਕਰਨ ਵਾਸਤੇ, ਮੈਨੂੰ ਹੀ ਪਤਾ ਹੈ। ਜੇ ਮੈਂ ਨਾ ਵੀ ਦੱਸਾਂ ਤੁਹਾਨੂੰ ਪਤਾ ਹੈ ਕਿ ਅੰਨਾ ਤੇ ਵੇਖਣ ਵਾਲਾ ਬਰਾਬਰ, ਇਹ ਤੁਹਾਡਾ ਇਲਮ ਹੈ, ਇਹ ਕੋਈ ਖਾਸ ਮੇਰਾ ਇਲਮ ਨਹੀਂ ਜਿਹੜਾ ਮੇਰੇ ਵਾਸਤੇ ਖਾਸਾ ਹੋਵੇ, ਨਾ ਨਾ, ਇਹ ਤੇ ਹਰ ਕਹਿ ਨੂੰ ਪਤਾ ਹੈ ਅੰਨਾ ਤੇ ਵੇਖਣ ਵਾਲਾ ਬਰਾਬਰ। ਇਮਾਨ ਤਾਂ ਉਹ ਬਣਨਾ ਹੈ ਜਿਹੜਾ ਮੈਂ ਇਕੱਲੇ ਦਾ ਇਲਮ ਹੋਵੇ ਤੇ ਦੂਏ ਕਹਿ ਨੂੰ ਪਤਾ, ਤਵੱਜੋ ਹੈ ਨਾ, ਇਹ ਪਹਿਲੀ ਗੱਲ। ਅੰਨਾ ਤੇ ਵੇਖਣ ਵਾਲਾ ਬਰਾਬਰ ਨਹੀਂ ਇਹ ਦੁਨੀਆ ਦਾ ਇਲਮ, ਵਲਾ ਸੁਲੂ ਮਾਤੋ ਵਲਣ ਅਨੇਰੇ ਤੇ ਚਾਨੋ ਦੋਵੇਂ ਬਰਾਬਰ। ਇਹ ਅੱਲਾ ਦੱਸਿਆ ਤਾਂ ਪਤਾ ਲੱਗਾ ਨਾ, ਆ ਪਹਿਲੇ ਵੀ ਪਤਾ, ਤੇ ਮਤਲਬ ਇਹ ਕੋਈ ਅੱਲਾ ਦਾ ਖਾਸ ਇਲਮ ਨਹੀਂ, ਇਹ ਤਾਂ ਦੁਨੀਆ ਦਾ ਇਲਮ ਹੈ। ਸਮਝ ਆਉਂਦੀ ਪਈ ਇਹ ਗੱਲ ਦੀ ਕਿ ਨਹੀਂ? ਇਹ ਵੀ ਦੁਨੀਆ ਦਾ ਇਲਮ ਹੈ। ਉਹ ਮੀਆਂ ਹਨੇਰੇ ਤੇ ਰੋਸ਼ਨੀ ਇਹ ਵੀ ਬਰਾਬਰ, ਇਹ ਤੇ ਕਹਿ ਬੱਚੇ ਕੋਲੋਂ ਪੁੱਛ ਲਓ, ਉਹਨੂੰ ਵੀ ਪਤਾ ਹਨੇਰਾ ਹਨੇਰਾ ਹੁੰਦਾ ਹੈ ਤੇ ਉਜਾਲਾ ਉਜਾਲਾ ਹੁੰਦਾ ਹੈ, ਉਹ ਲੋਡ ਸ਼ੇਡਿੰਗ ਹੋਵੇ ਤਾਂ ਉਹਨੂੰ ਹਨੇਰਾ ਸੜੀਂਦਾ ਹੈ, ਤੇ ਜੇ UPS ਹੋਵੇ ਤਾਂ ਉਹਨੂੰ ਉਜਾਲਾ ਸੜੀਂਦਾ ਹੈ। ਇਹ ਨਾ ਜਿਹੜੇ ਅੱਗੇ ਭੂ ਆਉਂਦੀ ਆਈ ਨਾ ਲੋਡ ਸ਼ੇਡਿੰਗ, ਉਸ ਵੇਲੇ ਕਹਿ ਕੋਲ ਕੋਈ ਪੁਰਾਣਾ ਮੰਜਿਆ ਨੇ ਪਹਿਲੋਂ ਪੁੱਛਦਾ UPS ਲਵਾਇਆ ਹੋਇਆ ਜੀ, ਏਡੀ ਪਰੇਸ਼ਾਨੀ ਹੁੰਦੀ ਆ। ਅੰਧੇਰਾ ਤੇ ਉਜਾਲਾ ਬਰਾਬਰ, ਅੱਲਾ ਨਾ ਵੀ ਦੱਸੇ ਵੱਲ ਵੀ ਸਾਨੂੰ ਪਤਾ ਹੈ ਅੰਧੇਰਾ ਤੇ ਉਜਾਲਾ ਬਰਾਬਰ। ਜਦਾਂ ਦੇ ਕਾਇਨਾਤ ਦੇ ਅੰਦਰ ਹਨੇਰਾ ਤੇ ਉਜਾਲਾ ਯਾਨੀ ਦਿਨ ਤੇ ਰਾਤ ਆਉਣ ਲੱਗੇ ਐਨ, ਹਰ ਬੰਦੇ ਨੂੰ ਪਤਾ ਹੈ ਉਜਾਲਾ ਉਜਾਲਾ ਹੁੰਦਾ ਹੈ ਤੇ ਅੰਧੇਰੇ ਬਰਾਬਰ ਹੋਵੇ ਕੋਈ ਨਹੀਂ। ਅੱਗੋਂ ਅੱਲਾ ਫਰਮਾਉਂਦਾ ਵਾਲਾ ਜ਼ਿਲੋ ਵਲਲ ਅਰੂਰ, ਇੰਨੇ ਤਰ੍ਹਾਂ ਛਾਂ ਤੇ ਧੁੱਪ ਵੀ ਬਰਾਬਰ। ਇਹ ਵੀ ਅੱਲਾ ਦੱਸਿਆ ਤਾਂ ਪਤਾ ਲੱਗਾ, ਯਾਨੀ ਇਹ ਆਮ ਮਖਲੂਕ ਦਾ ਇਲਮ ਹੈ, ਕੋਈ ਇਲਮ ਇਲਾਹੀ ਨਹੀਂ। ਠੀਕ ਹੈ ਨਾ, ਇਹ ਤਰਾਏ ਇਲਮ ਦੁਨੀਆ ਦੇ, ਤਰਾਏ ਇਲਮ ਮਖਲੂਕ ਦੇ, ਚਾਰ ਗੱਲਾਂ ਅੱਲਾ ਨੇ ਦੱਸੀਆਂ, ਤਰਾਏ ਗੱਲਾਂ ਲੋਕ ਮੰਨੀ ਵਧਣ, ਚੌਥੀ ਨਹੀਂ ਮੰਨਦੇ। ਵਜ੍ਹਾ ਇਹ ਹੈ ਜਿਹੜੀਆਂ ਤਰਾਏ ਮੰਨੀ ਵਧਣ, ਉਹ ਕੋਈ ਇਸ ਵਜ੍ਹਾ ਤੋਂ ਨਹੀਂ ਮੰਨੀ ਵਧੇ ਜੋ ਅੱਲਾ ਆਖਿਆ ਤੇ ਤਾਂ ਮੰਨੀ ਵਧਣ, ਬਲਕਿ ਅੱਲਾ ਦੇ ਆਖਣ ਤੋਂ ਪਹਿਲਾਂ ਹੀ ਮੰਨੀ ਵਧਣ। ਅੱਲਾ ਦੇ ਆਖਣ ਨਾਲ ਤਰਾਏ ਗੱਲਾਂ ਮੰਨੀ ਵਧਾ ਹੋਵੇ ਆ, ਤੇ ਅੱਲਾ ਦੇ ਆਖਣ ਨਾਲ ਵੱਧ ਚੌਥੀ ਗੱਲ ਵੀ ਮੰਨ ਲੈ ਆ, ਮਗਰ ਤਰਾਏ ਗੱਲਾਂ ਉਹ ਮੰਨੀਆਂ ਸ ਜਿਹੜੀਆਂ ਇਹਦੇ ਇਲਮ ਨਾਲ ਤਾਲੁਕ ਰੱਖਣ ਵਾਲੀਆਂ, ਤੇ ਜਿਹੜੀ ਇੱਕ ਗੱਲ ਅੱਲਾ ਦੇ ਇਲਮ ਨਾਲ ਤਾਲੁਕ ਰੱਖਣ ਵਾਲੀ ਆਈ ਉਹਦੀ ਇੱਕ ਵੀ ਨਹੀਂ ਮੰਨੀ। ਅੱਲਾ ਤਾਂ ਤਰਾਏ ਆਪਣੇ ਇਲਮ ਵਾਲੀਆਂ ਮੰਨ ਲਈਆਂ ਨੀ, ਇੱਕ ਤਾਂ ਮੇਰੇ ਇਲਮ ਵਾਲੀ ਵੀ ਮੰਨ ਲੈ। ਇਹ ਦੁੱਖ ਦਸ਼ਾ ਅੰਨਾ ਤੇ ਵੇਖਣ ਵਾਲਾ ਅੰਧੇਰਾ ਉਜਾਲਾ, ਇਹ ਤੇ ਤੇਰੀ ਅੱਖੀ ਤੇ ਤੇਰੇ ਹਵਾਸ ਖਮਸਾ ਦੇ ਸਾਹਮਣੇ ਆਉਂਦੇ, ਪਰ ਜਿਹੜਾ ਮਰਨ ਵਾਲਾ ਮਰ ਵੰਦਾ ਹੈ, ਜਿਹੜੇ ਵੇਲੇ ਮੇਰੇ ਕੋਲੋਂ ਅਗਲੇ ਜਹਾਨ ਦੇ ਅੰਦਰ ਆਉਂਦਾ ਹੈ, ਉੱਥੇ ਤੇਰਾ ਇਲਮ ਤੇ ਅਕਲ ਤੇ ਹਵਾਸ ਨਹੀਂ ਪਹੁੰਚ ਸਕਦੇ, ਉੱਥੇ ਮੇਰਾ ਇਲਮ ਚੱਲਣਾ ਹੈ। ਜਿਵੇਂ ਤੇਰੀਆਂ ਤਰਾਏ ਗੱਲਾਂ ਆਪਣੀਆਂ ਮੰਨ ਲਈਆਂ ਨਹੀਂ ਉਹ ਬੰਦਿਆ, ਮੇਰੇ ਇਲਮ ਵਾਲੀ ਇੱਕ ਗੱਲ ਮੰਨ ਲੈ। ਅੱਲਾ ਤੇਰੇ ਇਲਮ ਵਾਲੀ ਕਿਹੜੀ? ਅੱਲਾ ਫਰਮਾਉਂਦਾ ਜਿਵੇਂ ਉਹ ਤਰਾਏ ਗੱਲਾਂ ਬਰਾਬਰ ਨਹੀਂ, ਇੰਨੇ ਤਰ੍ਹਾਂ ਵਮਾ ਯਸਤਵਿਲ ਅਹਿਆ ਵਲਲ ਲਮਵਾਤ, ਜਿਵੇਂ ਅੰਨਾ ਤੇ ਵੇਖਣ ਵਾਲਾ ਬਰਾਬਰ ਨਹੀਂ, ਜਿਵੇਂ ਅੰਧੇਰਾ ਉਜਾਲਾ ਬਰਾਬਰ ਨਹੀਂ, ਜਿਵੇਂ ਧੁੱਪ ਤੇ ਛਾਂ ਬਰਾਬਰ ਨਹੀਂ, ਇੰਨੇ ਮੋਇਆ ਹੋਇਆ ਤੇ ਜੀਂਦਾ ਵੀ ਬਰਾਬਰ ਨਹੀਂ। ਕਬਰਾਂ ਚ ਮੁਰਦੇ ਨਹੀਂ ਸੁਣਦੇ, ਜਿਵੇਂ ਰਾਤੀ ਜਿਹੜੇ ਕਬਰਾਂ ਚੋਂ ਨਿਕਲ ਬਾਂਦੇ ਨੇ ਉਸਲੇ ਸੁਣਦੇ ਨੇ, ਉਹ ਰੇਵੜੀਆਂ ਸ਼ੇਵੜੀਆਂ ਤੇ ਉਹ ਜਿਹੜੇ ਖਾਂਦੇ। ਮੈਂ ਤਾਂ ਸੰਬੜਿਆ ਲਾਉਂਦਾ ਸਨ 90 ਤੋਂ 92 ਤਾਂ ਹੀ ਰਿਹਾ, ਤੂੰ ਮੌਲਵੀ ਗਵਾਹ ਸੁਣਦਾ
اللہ کرو پیا کہ میں ایک دفعہ گیا نا باہر دو بجے قبرستان، سارے مردے باہر نکل کے ریوڑیاں کھان ڈے ہوں، تے ایک بیٹھا تے میرے کو پوچھا تو کیوں نہیں کھاندا؟ ہو سکے جی مغرو کو بھیجے تے کھاواں، مغرو کو بھیجے تے کھاواں۔ وہ صبح ویلے جمعے چ اعلان کیتا، وہ فلانا جڑا چودھری مار کتے ہو دا پتر، وہ کھڑا ہویا سکو تھا جی میں کہ مر گئے ہو سارے، کلو ٹکا شن ہے بھائی، کوئی سیویاں شیویاں، کوئی دانے، کوئی فلانی شہ، کوئی کڑاکے، کوئی فلوڑیاں، کوئی تڑاکے شڑاکے، کوئی کیلے، کوئی امرود، کوئی سیب، وہ لے آؤ پچھو پیو بھوکا پیا مرتا ہے۔ تو استاد جی مڑ انہوں دے سو کیویں، وہ جڑے تو تسلی رکھ کھاسا میں، تے تو یقین رکھیں بھائی میرے ابے کھا لیں۔ دنیا بیوقوف بندہ کیا کہے گا، عقل استعمال ہی نہیں کرنا۔ اللہ ابے جی ہوئی گل سنائی دیا، بلکہ انہوں نے انہوں نے ابے جی ہوئی سنائی آئی دادے جی اور اللہ دیا دونوں تے رحمت ہو۔ ہاں میں چنگا اس وقت وڈیرا سارا جلے دادے جان ساڈے فوت ہوئے، انہوں نے کینسر آئی پچھو ریڑھ دی ہڈی، بڑے اچے لمے آن انہوں کا، ساڈے دادا جان کا ساڈے والد صاحب تو بھی اتنا قد اچا۔ خیر بہرحال وہ سنائی دیا بے کہ چودھری مر گیا، مر نہ گیا، مرن دے قریب ہویا بیمار، وہ بھی پرانا، تے او دے کچھ تے چار چھوارا نوں آکھن لگا گل سنو پترو، میں سنیا او نال والے چودھری دا جڑا او ڈگا نہیں مویا داند، تے انہاں باہر کڈ سٹیا، اس لیے رواج کوئی نہیں بے ڈور مار ونجے تے چھل تے ہوٹل والے نوں دے چھوڑو، اس لیے ایں پیا راندیا او اوتھے جنے پیا ہویا میری منجی چاہو تے اوتھے لے ونجو، ٹائم کوئی نہیں، میرا کیڑا پتہ نہیں کیڑے لے مر جاواں۔ انہاں آکھیا بھائی جون دا مہینہ گرمی دا موسم، او تے رڑے دے وچ پیا ڈگا تا، تے تینوں میں تو نہ بچا، انہیں آخر میں باپ آخری وہ خواہش چاہ کے منجی انہیں گول میں رکھی، جیسا کہ ہوں دا سبا جنے انج کرو، وہ اتنے اپنی برسین نہیں کھلی، تھبی تھبی پٹھیا دی وڑھ لیا، انہیں بھائی وڑھ لیا دی ہر ایک دے ہتھے اتنے اتنے پٹھے، ہوں جنے اس دانت نو کھوایا ادھر توڑی کے وسطی دو چار ہور بندے بھی سنیا بھائی، ہوں وہ نوجوان ذمہ دار ہیں، کوئی دے ویکھن آخر میں بےزتی بڑی پی ہوں، ابا ہونا دا بھائی اس موئے ہوئے تو کھوائے پٹھے، یہ تو کمال ہو گیا، لوگ کیا سے بھائی آخری ٹائم انہوں نے پیو دا عقل خراب ہو گیا، انہوں نے کہا ابا یہ مویا پیا، وہ تو میں جی تن پیانا انہوں کھوائے، وہ وڈے آ کے یار تنوں ایک دان دے منہ پٹھے، وہ اتنے سارے رلا کے تو وہ انجے کھلے، ابا یہ کھانا تو کوئی نہیں پیا، اس کوئی نہیں پیا کھانا نا جڑے، کوئی نہیں جڑے کیوں نہیں کھانا، یہ مویا جو پیا، اس کے میں یہ گل تو سمجھاؤں گی جلے میں مار ونجا میں کاشے نے کھاونی مولوی نو کاشے نہ پہلے بھی آ توبہ توبہ، اے ہوندے نے جٹاں دے مسئلے جڑے مولویاں کو نہیں لوگ نہیں سدھے ہوندے۔ اللہ اکبر سبحان اللہ، علم الہی ایمان دا حصہ ہے، جویں ابراہیم علیہ السلام آکھیا یا بدلی قد جاونی من العلم، سبحان اللہ، آن کیوں پوجا کرے نہیں، کیوں سدے نہیں انہاں نوں جڑے سن دے بھی نہیں، تھڑے علم دی نفی کیتی، جڑے سن دے بھی نہیں، جڑے ویکھے بھی نہیں، جڑے جاگ دے بھی نہیں، رت رومال والے وہ ساڈی ستے نہیں سنتے، پتہ نہیں وہ کہڑے خوش نصیب جنہاں دی موئی سن لیندے، آسان تا سناون واسطے سوتیا نو پہلو جگہ آونا پندا ہے۔ یا ابت لما تعبد ما لا یسمع، علم دا ذریعہ کوئی نہیں، ولا یبصر ویکھ بھی سکدے نہیں، تے جڑے ویلے علم نہ آوے گئے شاید اس شاید اتے تصرف تے اختیار بھی نہیں چل سکدا، علم پہلے تے قبضہ بعد دے اندر، پہلے پتہ ہو سی جو فلانی شے فلانی جگہ تے ہے تا او دے اوتے قبضہ ہوندا ہے، انہاں دے اندر علم نہیں، لہذا ولا یغنی عنک شیئا، چونکہ علم نہیں لیا دا نفع نقصان تے کنٹرول بھی نہیں، نہ نفع دے من جو گے نہ نقصان کرن جو گے، اے ابا جان میں گل اینے نہیں پیا کردا، اپنے علم نال نہیں پیا کردا، اے وہی والے علم نال کر رہا، علم الہی نال کر رہا، آسمانی علم نال کر
کر رہا انی قد جا وہی اللہ میرے ال آیا ہے تیرے ال کوئی نہیں آیا تو دنیا دا علم رکھنا ہے اپنے پیو دادے دا علم رکھنا ہے اپنے بزرگاں دے مذہب دی سیان تے علم رکھنا ہے میں اللہ دے مذہب تے دین توحید دا علم رکھنا جے کولو وہی اللہ علم ہوئے او مطبوع نہیں او میاں تابے نہیں ہوندا مطبوع ہوندا ہے او مقتدا ہوندا ہے مقتدی نہیں ہوندا او پیشوا تے رہبر تے رہنما ہوندا ہے دنیا دار تے دنیا والے علم نو چاہیدا ہے وہی والے علم دی اتباع کرے تے پیچھے چلے کیونکہ افضلیت تے شرف تے ایمان دا جو ہوندا ہے تے اتلا علم ہوندا ہے لہذا طلبے علم نو چاہیدا ہے اپنا سر سٹ کے اتلے علم نو مان لے لہذا قد جا ونی من العلم ما لم یاد کا فتبنی عہدے کا صراط سویا اے ابا جان فتبنی ہوں ایک کم تیرا ہونا ہے تے دوجا میرا ہونا ہے تو میری اتباع کر تے میں عہدے کا میں بخل کوئی نہیں کرنا میں تینوں راہ پورا پورا دکھاواں گا تو پچھو ٹرن والا تب آئے میرا نمونہ ویتا آئے عہدے کا صراط سویا صراط مستقیم ملتا ہے اتلے علم نال کیڑے علم نال بولو جیڑا تلواں مننے تے اتلا نہ مننے اونوں صراط مستقیم تلویں ترائے مننے تے اتلا ہیٹھی نہ مننے بولو اللہ اکبر اس مڑ منیا حالانکہ بڑا سمجھ آیا رحمان دی مخالفت نہ کر شیطان دے آکے نہ لگ اس آخیا مینوں لگتا بھائی تو میرے خداواں کولوں کچھ نفرت پیا کرے نا یہ جواب پیا بھائی علم دا جواب علم نال دے دلیل دا جواب دلیل نال دے ایک ہی گل کہ لئن لم تنتہ لارجمنک اگر تو نہ کھلوتا نہ باز آیا تو میں تیرے پتھر مارا گا یہ کوئی طریقہ گل منواون دا دلیل تو زبان نال دی وی دی ہے نا تے جے بندہ زبان نال دلیل نہ دے سکے تو وقت لوگوں کو پتھر مارنے تے لو لوہان کرن دا کوئی مطلب ہے یہ تو بس دل بندے دا کام ہوندا ہے نا بھائی دلیل نال جواب نہ دے ونا تے لڑن تے آ وینا کی خیال ہے مڑ سڑکاں تے لڑنا کھلو کے فتوے سٹے جا تے لاونے تے چھرے سڑکاں تے مارنے انج مسئلے حل ہوندے انج نہیں حل ہوندے مسئلے ہوندے ان علم نال دلائل نال تے علمی تیرے علم نال نہیں اللہ دے علم نال وحی والے علم نال اللہ دی کتاب والے علم نال تیرے ڈھکوسلے نال نہیں مسئلے منیندے تو جے چھرے وکھائے تے مسئلے نہیں منیندے مسئلے منیسن اللہ دے دیتے ہوئے علم دی دلیل نال یہ گل کیڑی وپار والی گل ہے کیوں چاہتے جی کیڑے انصاف والی گل ہے لڑائی لڑن کا کوئی مطلب ہے چھرے وکھاون کا کوئی مطلب ہے کوئی ہنٹر مارن کا مطلب ہے یہ بزدل دشمن ہوتا ہے جڑا علمی میدان کچھ نہیں کر سکتا ہتھا پائے تو یکادون یستون بالذین یتلون علیہم آیاتنا اللہ دی آیات پڑھنا لے تو گریبان پی جانا سبحان اللہ میں تیرے پتھر مرے سب وہ جور نہیں ملیا چھوڑ وجی تو چپ کر کے اللہ اکبر انہاں آخیا میں تیری سنگت تو چھوڑ دے سا اللہ دا دتا ہویا علم نہیں چھوڑ سکتا یہ اللہ دی نعمت ہے اللہ عالم ہے سو یجعل رسالتہ کسے دے تے رسالت دی پگ بناونی یہ کوئی عام جیا مقام تو ہوتا نہیں تے بڑا عظیم و شان رتبہ تے مقام ہوتا ہے علم الہی سبحان اللہ انہاں کہ چلو گھر تا انہیں چھوڑنا مار کے نو ایک واری گل تا سمجھائیں اللہ اکبر باہر نکلے وہ کھلے ہیں سارے
دتورے بتاں دے باہروں پوچھن لگے یہ جڑے مجسیاں دے بارو کھڑے ہو پھر دے اے پتھراں دے سونے چاندی دے لکڑ دے مٹی دے چونے دے اے جڑے پتھر مجسمے بزرگاں دیاں تصویراں بنائیاں ہویاں انہاں دے تو بہ کے اٹل خون کرندے ہو پجڑ ویلے انہاں دے وظیفے کرنے آئے انہاں دیاں روحاں دے کرن انہاں دے فوٹواں نال آن کے لگ وئیے اے مینوں دسو تہاڈے اس عقیدے دی دلیل کیا ہے حل یسمعونکم پہلا سوال علم دے بارے کیونکہ معبود ہون واسطے علم محیط چاہیدا ہے نا حل یسمعونکم اذ تدعون او ینفعونکم او یضرون پہلی گل تے مینوں اے دسو جے ویلے انہاں نوں سدیندے ہو اس ویلے تہاڈیاں گلاں سندے ہل کے کوئی نہ انہاں کے سنن سناون دا پتا وجہ دے نا اسا پایا اپنے وڈے وڈیریاں نوں او ایویں کرن دے ہوندے آن اساں وی اونے کرن لگ گئے اینو علم تھیندا بے علم تے تائی پچھو بابا ان کیوں کرنا ہے او کوئی دلیل دے وے واتا چل ٹھیک ہے بے انہاں جی میں ڈٹھا ہے او بیڑ چال یا اللہ اک ودے ہوندے بیڑ دی اک عادت ہوندی رہے تلے گا ہووے نہ ہووے اس جو ٹرنا ہے نا بوتھی تلے رکھنی او اک عیال لئی ویندا پھیڑاں لا ایڑ جنگو لائی اگو آ گیا انی کھوئی تے بیڑ تو وت ایں جو ویندی پئی گڑام موئی اچھا وت پچھلی نہیں ویکھیا میں اگلی کی دے گئی اوہی پچھو گڑام موئی تری گڑام یعنی بریک نہیں لاونی بھائی کھا چا اگلیاں دو چار گئیاں کی دے اینو کھیندا بیڑ چال بیڑ جا خدا دے بندے وجد نہ آبانا او اگلے ہی کریں دے اساں ان کی تے کوئی دلیل اے کوئی علم ہے علم ہونا چاہیے حل انتکم من علم فتخرجوہ لنا کوئی علم دی گل ہے کوئی تورات دے کوئی آیت ہے کوئی مقام ہے کوئی انجیل دے او کڈ کے لایا او تاکہ پتہ لگے بھائی واقعی فلانا الہ ہے تے فلانا اسالے سو سلاس ہے تے فلانا مشکل کچھ آئے تے فلانا مسئلہ ان حل انتکم من علم من دلیل من برہان کوئی دلیل ہے علم کی کوئی رتی ہے او باہر کٹ سوٹے باہر نہ کٹ علم فتخر یو ہو لنا جیڑی کٹوری تے تھیلی تے جیڑے بوچھے دے وچ علم لکا کے رکھے ذرا میدان دے اندر لایا علم دی وقت تے وقار ہے جہالت دی کوئی نہیں اج عزت کرے گا اج عزت ہوندی تے کیڑی شے دی دلیل دی اج روشنی دا دور ہے اج ایں ہے دسے نال کوئی نہیں کہے کول کاشا منوا سکدا اج ہر گل دی دلیل دیونی پسی جواب دیونا پسی پوچھیا دیو جواب ما ہاذہ تب کیا حیثیت ہے انہاں دی انہاں آکھیا جی سن دے کہ بھاویں کوئی نہیں سن دے بابے اوراں نوں پتہ ایں کرن ہن بندہ کام ہی ہوے پٹھا کام ہی ہوے جی اللہ تعالی تے چلو بندہ اپنے ذمے لائے کوئی چنگا کام ہوئے تو بندہ اپنے وڈکیاں دے ذمے لائے تے جے کام ہی ہوئے ماڑا تے سیانے بندے ماڑے کام دی نسبت اپنے وڈیریاں دے کریں دے بھئی کوئی چنگا کام ہوئے تو واتا بندہ آکھے بھئی کام ہی آئی بے دلیل تے پہ ادھر ساڈے وڈیریاں دے کریں دے آن اپنے وڈیریاں دی بےزتی آپ کرائی نے بولو 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 تے وات ابراہیم علیہ السلام کو رہت رکھی آئی انہیں کے فرمایا انتم و آبا ہو انہیں کے تڑے پیو دے انہیں کرنا جنہیں کی انہیں کرنا انہیں کے ٹھیک ہے انتم و آبا ہو لفی زلال
مبین، تساں وی تہاڈے پیو دادے وی کھلی گمراہی دے، نہ پیو دادے دا نام لویا، کوئی چنگے کام دی نسبت کیتی کرو، غلط کام دی نسبت نہ کیتی کرو۔ گل سمجھ آتی پئی ہے کہ نہیں؟ سبحان اللہ۔ ہاں تے علم اللہ دا ہی ہمیشہ غالب ہے، علم محیط ہے، اور کائنات ساری رل جائے اللہ دے علم دا مقابلہ نہیں کر سکتی۔ آخر دعوانا ان الحمد۔